ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਆ ਜੀ ਆਪਣੀ ਵੀ ਜਿਹੜਾ ਹੈਗੀ ਹੈ ਜੀ, ਪਿੰਡ ਰਾਮਪੁਰਾ ਜੀ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ, ਤਹਿਸੀਲ ਵੀ ਅੰਮ੍ਰਿਤਸਰ ਪੈਂਦੀ ਹੈ ਜੀ। ਅੱਜ ਫਿਰ ਆਪਾਂ ਬਾਈ ਮੰਗੇ ਨਾਲ ਆ ਚੁੱਕੇ ਜੀ ਆਪਾਂ। ਅੱਜ ਬਾਈ ਨਾਲ ਫਿਰ ਕੋਈ 7-8 ਪਸ਼ੂ ਸੇਲ ਹੈ ਜੀ, ਅਤੇ ਹਰ ਵਾਰੀ ਤਰ੍ਹਾਂ ਅੱਜ ਬਿਲਕੁਲ ਨੋਰਮਲ ਰੇਟ ਦੇ ਪਸ਼ੂ ਹੈ ਬਾਈ ਹੋਣਾਂ ਕੋਲ ਜੀ, ਅਤੇ ਵਧੀਆ ਕੁਆਲਿਟੀ ਦੇ ਚੰਗੇ ਦੁਧਾਰੂ ਪਸ਼ੂ ਹੈ ਜੀ। ਅਤੇ ਆਓ ਬਾਈ ਜੀ ਨੇ ਗੱਲਬਾਤ ਕਰੀਏ, ਇਹਨੇ ਪ੍ਰਾਈਸ ਕੀ ਹੈ ਅਤੇ ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ ਇੱਕ ਰਿਕੁਐਸਟ ਹੋਈ, ਹਰ ਵਾਰ ਇੱਥੇ ਆ ਕੇ ਦੋ ਟਨ ਚੁਆਈ ਜ਼ਰੂਰ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਹੁਣ ਬਾਈ ਜੀ ਨੇ ਗੱਲਬਾਤ ਕਰੀਏ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਬਾਈ ਜੀ ਕਿੱਦਾਂ ਜੀ? ਚੜ੍ਹਦੀ ਕਾਲੀ ਕਿਰਪਾ ਗੁਰੂ ਰਾਮਦਾਸ ਜੀ, ਵਧੀਆ ਚੱਲ ਰਿਹਾ ਕੰਮ ਜੀ? ਕਿਰਪਾ ਬਾਬੇ ਜੀ, ਬਸ ਚੱਲੀ ਜਾਂਦਾ, ਬਸ ਥੋੜ੍ਹਾ ਮੰਦਾ ਠੰਡਾ ਜਿਹਾ ਕੰਮ ਚੱਲ ਰਿਹਾ। ਹਾਂਜੀ ਹਾਂਜੀ, ਬਸ ਖੁੱਲ ਜੂ, ਚੱਲ ਜੀ ਹੋਣਾ ਜੀ ਉਹਨਾਂ, ਬਸ ਚੱਲੀ ਜਾਣਾ ਵੇ। 13 ਸਰੀਰ ਵੱਧ ਵੇਖੇ ਫਿਰ ਵੀ ਕੰਮ ਚੱਲੀ ਜਾਂਦਾ, ਫਿਰ ਵੀ ਚੱਲੀ ਜਾਂਦਾ, ਇੱਦਾਂ ਹੀ। ਬਿਲਕੁਲ ਜੀ ਬਾਈ ਜੀ, ਬਿਲਕੁਲ, ਬਸ ਇੱਦਾਂ ਹੀ ਆ। ਅਤੇ ਅੱਜ ਬਾਈ ਜੀ ਫਿਰ ਕਿੰਨੇ ਜੀ? ਅੱਜ ਮੇਰੇ 2 ਗਈਆਂ ਮੱਝਾਂ ਹੈਗੀਆਂ ਜੀ, 7-8। ਅੱਛਾ ਜੀ। ਹਾਂਜੀ ਜੀ, ਅਤੇ ਮੱਝਾਂ 5 ਸੂਈਆਂ, 1 ਗੱਭਰ ਆ। ਠੀਕ ਹੈ ਜੀ, ਬਾਕੀ ਸੂਈਆਂ ਦੇ ਮਾਰੇ ਜੀ ਇਹਨਾਂ। ਚਲੋ ਚਲੋ, ਲਾਈਆਂ ਸੂਈਆਂ। ਠੀਕ ਹੈ ਜੀ। ਡਰੈਸ ਹੈਗਾ ਜੀ ਆਪਣਾ, ਪਿੰਡ ਰਾਮਪੁਰਾ ਜੀ। ਹਾਂਜੀ। ਤਹਿਸੀਲ ਵੀ ਆਪਣੀ ਆ ਅੰਬਰਸਰ ਆ, ਜ਼ਿਲ੍ਹਾ ਵੀ ਅੰਬਰਸਰ ਆ, ਪਿੰਡ ਮੈਂ ਰਾਮਪੁਰਾ ਹੈਗਾ, ਸੜਕ ਦੇ ਉੱਤੇ ਜਨਮ ਦਾ ਰੋਡ ਦੇ ਬਿਲਕੁਲ ਦਬੁਰਜੀ ਅੱਡੇ 'ਚ ਮੁੜੀ ਦਾ। ਹਾਂਜੀ ਹਾਂਜੀ। ਇੱਧਰੋਂ ਉਹਦੇ 'ਚ ਤਰਨ ਤਾਰਨ ਵਾਲਾ ਜੀ, ਅਤੇ ਇੱਥੋਂ ਝੀਤੇ ਦਾ ਰਾਜ ਬੋਰਡ ਦਾ ਅੱਗਾ, ਉੱਥੋਂ ਝੀਤਾ ਸਿੱਧਾ ਨਾਂ ਰਾਮਪੁਰਾ। ਠੀਕ ਹੈ। ਹਾਂਜੀ, ਨੰਬਰ, ਫੋਨ ਨੰਬਰ ਹੈਗਾ ਜੀ 81-462 90-313। ਇੱਕੋ ਨੰਬਰ ਹੀ ਬਸ ਜੀ? ਹਾਂਜੀ, ਇੱਕੋ ਨੰਬਰ ਹੀ, ਦੂਜਾ ਫੋਨ ਉਹਦਾ ਖਰਾਬ ਜਿਹਾ ਤੇ ਉਹਦਾ। ਚਲੋ ਚਲੋ, ਠੀਕ। ਤੇ ਬਾਕੀ ਕਿਹਨੇ ਵੀਰ ਮੇਰੇ ਆਉਣਾ ਤਸੱਲੀ ਕਰਕੇ ਆਪਣੇ ਵੇਖੇ? ਹਾਂਜੀ ਹਾਂਜੀ, ਤੁਹਾਡੇ ਘਰਾਂ 'ਚੋਂ ਨਹੀਂ ਨੇ, ਜੇ ਤਾਂ ਮੈਂ ਘਰਾਂ 'ਚ ਮੱਝ ਰਹਿੰਦੇ ਹਾਂ। ਹਾਂਜੀ ਹਾਂਜੀ, ਤੇ ਉਹਨਾਂ ਪੁੱਛੀ ਤਾਂ ਸੂਣ ਵਾਲੀ ਭੈਣਾਂ ਕਿੰਨਾ ਦੁੱਧ ਨਹੀਂ ਵੀਰ, ਅਸੀਂ ਤਾਂ ਪੱਠੇ ਉਹਦੇ 10 ਕਿਲੋ ਚੋਦੇ ਰਹੇ ਹਾਂ, ਵੰਡ ਨਹੀਂ ਪਾਉਂਦੇ ਰਹੇ। ਅੱਛਾ, ਵੰਡ ਦੇ, ਅਸੀਂ ਵੰਡ ਪਾ ਪਾ ਮਰਦੇ ਫਿਰ 10 ਕਿਲੋ। ਮੈਂ ਕਰਦੀ ਹਾਂ ਗਾਲੀ ਵਾਲੇ ਜਿਹਨੂੰ ਦੇਈ ਦੀ, ਉਹਦਾ 10 ਕਿਲੋ ਹੀ ਦੇਣ ਦੀ ਆ। ਹਾਂਜੀ, ਵੰਡ ਨਾ ਦੇਣ ਦੀ, ਤੇ ਤੁਸੀਂ ਆਖਦੇ ਲੈ ਪੱਠਿਆਂ ਦੇ, ਅਦੇ ਤੁਹਾਡੇ ਕਿਲੋ ਦੋ। ਤੁਹਾਡੇ ਘਰੇ ਸਹੀ ਸਹੀ ਗੱਲ ਹੈ ਜੀ, ਜੇ ਤਾਂ ਸੂਣ ਵਾਲੀ ਲਈ ਦੀ ਤਾਂ ਇੱਦਾਂ ਦਾ। ਹਾਂਜੀ, ਤੇ ਜੇ ਕੋਈ ਸੂਈ ਹੁੰਦੀ ਤਾਂ 7-8 ਕਿਲੋ। ਬਿਲਕੁਲ ਬਾਈ ਜੀ, ਬਿਲਕੁਲ ਸਹੀ ਸਹੀ ਗੱਲ ਹੈ ਜੀ, ਬਾਕੀ ਤੁਸੀਂ ਤਸੱਲੀ ਕਰਕੇ ਖੜੋ ਸਾਰੀ। ਬਿਲਕੁਲ ਜੀ, ਚਲੋ ਜੀ। ਇਹ ਆਹ ਸੂਈ ਹੈ ਜੀ ਤਾਜੀ। ਹਾਂਜੀ, ਵਛਿਆ ਦੇ ਬਗਰੇ ਜੀ। ਠੀਕ ਹੈ ਜੀ। ਇਹ ਸੂਈ ਉੱਡੀ ਭਾਈ ਆ ਚੌਕੇ ਪੰਜੇ ਦੇ ਜੀ। ਹਾਂਜੀ, ਥੋੜੀ ਜਿਹੀ ਭਾਰ ਪੈ ਗਈ ਅੱਜ ਰਾਤ ਨਾ, ਕੋਈ ਮਕਈ ਭਾਈ ਗਿੱਲੀ ਜੀ ਕਰਕੇ। ਹਾਂਜੀ, ਇਹ ਚਾਹੇ ਚਲੋ ਖੋਲੋ ਭਾਈ। ਹਾਂਜੀ, ਚਾਹੇ ਉਹ ਵੰਡ ਥੋੜਾ ਜਿਹਾ ਭੇਗੇ ਪੈ ਜਾਂ ਤਾਰੇ। ਹਾਂਜੀ ਹਾਂਜੀ, ਤੇ ਚੁਆਈ ਠੀਕ ਹੈ ਭਾਈ ਜੀ? ਬਿਲਕੁਲ, ਚੁਆਈ ਬਹੁਤ ਵਧੀਆ ਸੀ ਕੱਢੀ ਹੈ। ਆ ਦੇਖੋ ਜੀ, ਥੋੜੀ ਭਾਲ। ਹਾਂਜੀ, ਥੋੜੀ ਭਾਲ ਆ ਜੀ। ਬਾਕੀ ਥਾਂ ਲਿਆ, ਬਹੁਤ ਸੋਹਣਾ ਬੈਡ ਵੀ, ਬਹੁਤ ਸੋਹਣੀ ਕੋਸਟ ਹੈ ਬੈਡ। ਲਿਆਓ ਵੀ ਜੀ, ਲਿਆਓ ਲਿਆਓ, ਆ ਦੇਖੋ ਜੀ, ਆ ਦੇਖੋ, ਲੈ ਚਲੋ ਜੀ। ਠੀਕ ਹੈ, 14-15, 15-16 ਕਿਲੋ ਠੰਡਾ ਦੁੱਧ ਐਸ਼ਮ ਤਿਆਰ ਹੈ ਜੀ। ਠੀਕ ਹੈ ਭਾਜੀ। ਹਾਂਜੀ ਸੰਦੀਪ ਜੀ, ਬਾਜ਼ਾਰ ਗਾਈਦਾ ਮੰਦਾ ਠੰਡਾ, ਤੇ ਆਪਾਂ ਮੰਗੇ ਠੜੇ ਨੇ ਦੇ ਲਈਆਂ ਆਪਾਂ, ਕੋਈ ਅੱਜ ਗੱਲ ਕੋਈ ਬਹੁਤੀ ਜਾਰੀ। ਹਾਂਜੀ, ਮੁੱਲ ਪਾਉਣਾ 50,000, ਮੁੱਲ ਪਾਉਣਾ 45,000, 13 ਸਿਰਫ 43,000, 43,000 ਦੀ ਦੁੱਧ 20 ਕਿਲੋ ਐਡ ਕਰ। ਬਸ ਠੀਕ ਹੈ, ਦੇਖੋ 43,000 ਬਹੁਤ ਸੋਹਣਾ ਰੇਟ ਹੈ ਜੀ। ਆਜੇ ਇੱਧਰ, ਇਹ ਜਰਸੀ ਜਾ ਕੇ ਜੀ, ਸੂਈ ਹੈ ਜੀ, ਇਹ ਤਾਂ ਮੈਂ ਪੁੱਛਿਆ ਜੀ, ਇਹਨੂੰ ਸੂਈ ਨੂੰ ਹੋ ਗਿਆ ਉਹਨੇ 10-12 ਦਿਨ। ਠੀਕ ਹੈ ਜੀ, ਦੁੱਧ ਹੋਰ ਵੀ ਇਸੇ 16 ਕਿਲੋ ਹੋਊਗਾ। ਅੱਛਾ ਜੀ, ਨਾਲ ਜਿੱਦਾਂ ਮਰਜ਼ੀ। ਠੀਕ ਹੈ, ਖੋਲੋ ਵੀ ਜੀ, ਦੇਖੋ ਜੀ 50 ਦੀ ਜਰਸੀ ਹੈ, ਉਹਦੇ ਕੱਦ ਕੱਠ ਵਾਲੀ ਹੈ ਜੀ। ਆ ਦੇਖੋ, ਠੀਕ ਹੈ ਜੀ। ਹਾਂਜੀ ਸੰਦੀਪ ਜੀ, ਮੁੱਲ ਜੋ ਮੰਗੀ ਮੰਗੇ 35 ਮੰਗੇ 40 ਮੰਗੇ ਸਿਰਫ 30,000 ਦੀ ਦੇਵਾਂਗੇ, 30,000 ਦੁੱਧ ਮਿਲ ਕੇ 16 ਕਿਲੋ ਉਹਦਾ ਪੂਰਾ ਹੈਗਾ ਨੈਟ ਜੀ। ਹਾਂਜੀ ਹਾਂਜੀ ਹਾਂਜੀ, ਕੋਈ 2 ਟੰਗ 4 ਟੰਗ ਚੋਏ, ਕੋਈ ਚੱਕਰ ਨਹੀਂ ਕਿਸੇ ਦਾ ਹੁੰਦਾ। ਠੀਕ ਹੈ ਭਾਈ ਜੀ, ਇੱਧਰ ਆ ਜਾਓ। ਦੂਜਾ ਸੁਭਾਅ ਜੀ, ਇਹ ਵੀ ਸੂਈ ਹੈ ਜੀ, ਇਹ ਸੂਈ ਹੈ ਜੀ, ਇਹ ਕੱਟੀ ਜੀ, ਮਤਲਬ ਕੋਈ 10 12 ਦਿਨ ਸੂਈ ਹੋਊ। ਹਾਂਜੀ, 15 ਵੀ ਹੋਵੇ। ਆ ਦੇਖੋ, ਦੋ ਕਿਤੇ 12 ਕਿਲੋ ਹੋਊ, 12 ਕਿਲੋ। ਆ ਦੇਖੋ ਜੀ, 12 ਕਿਲੋ ਤਿਆਰ ਹੈ ਜੀ। ਆ ਦੇਖੋ, ਤੁਰ ਵੀ ਜੀ, ਆ ਦੇਖੋ, ਘੁਮਾ ਲਿਓ ਵੀਰ ਜੀ, ਘੁਮਾ ਲਿਓ। ਬਾਕੀ ਲੈ ਚਲੋ, ਠੀਕ ਹੈ।
ਠੀਕ ਹੈ ਹਾਂਜੀ ਹਾਂਜੀ ਸੁਦੀਪ ਜੀ ਮੈਂ ਤੇ 75000 ਦੇ ਹਾਂਜੀ ਚਲੋ ਆਪਾਂ ਕਸਮਾ ਮੈਂ ਦੇਣਾ ਪਰ 70000 ਦੇ ਚਲੋ ਠੀਕ ਦੁੱਧ ਕੋਈ ਮਿਲੇ 11 12 ਕਿਲੋ ਦੁੱਧ ਹੁਣ ਲੀਟਰ ਮਿਲ ਮਾ ਹੁੰਦਾ ਠੀਕ ਹੈ ਜੀ ਹਲੇ ਮੈਂ ਆਲਾ ਮਾਰੂ ਵੀ ਹਲੇ ਮੈਂ ਮੈਲਾ ਨਹੀਂ ਮਾਰਾ ਸੂਈ ਵਿਚੋਂ 15 ਦੇ ਆ ਕੱਟੀ ਜੀ ਮੈਂ ਬਾ ਠੀਕ ਹੈ ਹਾਂਜੀ ਠੀਕ ਹੈ बिल्कुल सही है संदीप जी झोटी का दुध 10000 किलो कर दो ठीक है जी इन्नी गल रहती है घट नहीं करती झोटी हाँ जी झोटी कट्टा कट्टा आ गया मगर जी इन मगर कट्टा आ गया पाली मजे पूरी जी हल बाकी थाले वा बहुत सोहना खुले रहे यार हाँ जी ठीक है जी हाँ जी संदीप जी मई दे भी चलो 70000 देना 70000 मई वेलो पर दुध मई 12 किलो करू ठीक है जी ਜੇ ਕੋ ਸੇਵਾ ਕਰੂ ਮੈਂ ਕਿਹਾ ਨਹੀਂ ਮੈਂ ਮੈਂ ਕਹਿਆ ਤਾਂ 12 ਕਿਲੋ ਸਹੀ ਸਹੀ ਗੱਲ ਹੈ ਜੀ ਹਾਂ ਜਾ ਕੇ ਵੰਡ ਪੋ ਜੇ 12 ਕਿਲੋ ਮਹੀਂ ਨੇ ਦੁੱਧ ਦੇਣਾ 6 ਕਿਲੋ ਵੰਡ ਵੀ ਚਾਹੀਦਾ ਸਹੀ ਚਾਹੀਦਾ ਜੀ ਜਿਹਨੇ 10 ਕਿਲੋ ਦੇਣਾ ਉਹ 5 ਕਿਲੋ ਵੰਡ ਚਾਹੀਦਾ ਇਹ ਨਹੀਂ ਹਾਂ ਅਸੀਂ ਇਹਨੇ 10 ਕਿਲੋ ਤੇ ਉਹਨੂੰ ਕਿਲੋ ਵੰਡ ਦੇ 2 ਕਿਲੋ ਪਾਉਣੇ ਉਹ ਨਹੀਂ ਬਿਲਕੁਲ ਹਾਂ 5 ਕਿਲੋ ਵੰਡ ਮੈਨੂੰ ਘੱਟੋ ਘੱਟ ਚਾਹੀਦਾ ਬਈ ਚਾਹੀਦਾ ਜੀ ਹਾਂਜੀ ਡੇਰੀ ਵਾਲੇ 12 ਕਿਲੋ 8-7 ਕਿਲੋ ਪਾ ਦਿੰਦੇ ਆ ਹਾਂਜੀ 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 ਚਲੋ ਇਹ ਵੀ ਦੂਜਾ ਸੁਆ ਝੋਟੀ ਸੂਈ ਇਹ ਤਾਂ ਜੀ ਬਿਲਕੁਲ ਇਹ ਨਾਲੂ ਤੇ ਬੱਚੇ ਆ ਬੱਚਾ ਬਿਲਕੁਲ ਉਹ ਸੂਈ ਪਰਸੋਂ ਜਿੱਦਾਂ ਪਾਣੇ ਆ ਆ ਦੇਖੋ ਇਹ ਵੀ ਮੈਂ ਬਹੁਤ ਚੰਗੀ ਹੈ ਜੀ ਭਾਰੀ ਮਾਜਾ ਪੂਰੀ ਆ ਦੇਖੋ ਆ ਜਾ ਦੁੱਧ ਦੇ ਨਾਰਾ ਦੇਖੋ ਜੀ ਆ ਭਾਰੀ ਪਈ ਹੈ ਦੁੱਧ ਦੇ ਨਾਲ ਧੋਂਦੇ ਦੁੱਧੇ ਦੇ ਭਾਜੀ ਹਾਂਜੀ ਹਾਂ ਤੇ ਭਾਜੀ ਕਿਹੜਾ ਤਿਆਰ ਹੈ ਜੀ ਇਸ ਟਾਈਮ ਬੋਲਾ ਹੋਊਗਾ 7-8 ਕਿਲੋ 7-8 ਕਿਲੋ 250 ਤੇ 200 ਚੋਰੀ ਬਾ ਠੀਕ ਹੈ ਜੀ ਦੁੱਧ ਨਾਲ 50-70 ਕਿਲੋ ਚੰਗਾ ਲਾ ਦੇ ਤੋਂ ਕੀ ਆਦਾ ਆ ਜਾ हाँ जी हाँ जी आ देखो वरु आज और भाजी फिर जी परसों ही सुई है फिर तो बड़ा कुछ दो दिन झोटी तो पहले सुई जिन्ना को नहीं होने 10 किलो ले ली ठीक है जी 10 किलो झोटी दो दिन करो नहीं बात करो भी काट झोटी काट बिल्कुल जा देखो दो दिन नारा देखो जी हाँ जी संदीप जी झोटी तो एक कड़ी खा लिया झोटी 70000 रुपई है कोई ये साफ सुथरी बड़ी चवाई चु बहुत चंगी है पली बड़ी घटी है चलो आप दे देंगे झोटी आप जाय रेट मिली जायती आप दे देंगे आप सिर्फ 62000 की झोटी 62000 ठीक है जी वीडियो वेख लो अज भी दूजिया की वीडियो देखो खाता रेट बन ठीक है आम अभी तेजा सुगा ला लो दूजा लो तेजा सुगा लो हाँ जी थोड़ा भी चटा घट खा दी दुध मैं सिर्फ 11-12 किलो लीटर अच्छा इस टाइम आ देखो जी थोड़ा चटा मैं घट ठीक है जी आ गया।
बस लिया जी लिया ठीक है जी बस ठीक है भाजी तो भाजी फिर इनकी कीमत जी कीमत है जी संदीप जी बिलकुल सही गल है चलो तोरो मोड़ लो जी चलो हाँ जी भाई त्रेठ हजार बिलकुल सही गल है बिलकुल पशु जी देखो जी आ बच्चे आ गए बहुत सोना रेट किया भाई ने चलो फिर भी वार बार यही बेनती होती थोड़े अगे कि चवाई जरूर करके लेके जाओ मैंने सारिया सुइया सुइया है ना भाई जी सही है ना जी चलो भाजी नंबर नंबर 8492313 पिंड अपना रामपुरा जलंधर रोड ठीक है अंबरसर 8 किलोमीटर सत श्रीकाल।